ਦਰਸ਼ਕੋ, ਅੱਜ ਅਸੀਂ ਲਾਈਵ ਕਰ ਰਹੇ ਹਾਂ ਅਤੇ ਜਿੱਦਾਂ ਪੂਜਾ ਹੱਟ ਦੇ ਉੱਤੇ, ਜਿੱਥੇ ਤੁਹਾਨੂੰ ਜਿਹੜਾ ਸਪਿਰਚੁਅਲ ਸਮਾਨ ਆ, ਜਿਹੜਾ ਸਾਡੀਆਂ ਭਾਵਨਾਵਾਂ ਨਾਲ ਕਹਿ ਸਕਦੇ ਜੁੜਿਆ ਹੋਇਆ ਹੈ, ਜਿਹੜਾ ਸਾਡਾ ਧਾਰਮਿਕ ਸਮਾਨ ਹੈ, ਉਹ ਸਾਰਾ ਸਾਨੂੰ ਇੱਥੋਂ ਮਿਲਦਾ ਹੈ। ਅੱਜ ਅਸੀਂ ਲਾਈਵ ਲੋਕੇਸ਼ਨ ਇੱਥੋਂ ਕਰਨ ਆਏ ਹਾਂ ਜੀ, ਨਾਲੇ ਅਸੀਂ ਪੌਲ ਰਿਸ਼ੀ ਜੀ ਜਿਹੜੇ ਇੱਥੋਂ ਦੇ ਓਨਰ ਨੇ ਉਹਨਾਂ ਨਾਲ ਗੱਲ ਕਰਾਂਗੇ, ਨਾਲੇ ਤੁਹਾਨੂੰ ਸਟੋਰ ਦੀਆਂ ਥੋੜ੍ਹੀਆਂ ਜਿਹੀਆਂ ਝਲਕੀਆਂ ਦਿਖਾਵਾਂਗੇ, ਜਿੱਥੋਂ ਤੁਹਾਨੂੰ ਪਤਾ ਲੱਗ ਸਕੇ ਵੀ ਅਸੀਂ ਸਟੋਰ ਦਾ ਕੀ ਕੁਝ ਇੱਥੋਂ ਖਰੀਦ ਸਕਦੇ, ਸਾਨੂੰ ਧਾਰਮਿਕ ਚੀਜ਼ਾਂ ਕਿਹੜੀਆਂ ਕਿਹੜੀਆਂ ਮਿਲ ਸਕਦੀਆਂ। ਆਜ ਦਰਸ਼ਕੋ, ਚੱਲਦੇ ਹਾਂ ਅੰਦਰ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਦੀਆਂ ਝਲਕੀਆਂ। ਦਰਸ਼ਕੋ, ਅਸੀਂ ਹੁਣ ਆਏ ਹਾਂ ਦਾ ਪੂਜਾ ਹੱਟ ਦੇ ਅੰਦਰ, ਅਤੇ ਜੇ ਅਸੀਂ ਅੰਦਰ ਦੀ ਤੁਹਾਨੂੰ ਦਿਖਾਈਏ ਝਲਕੀ ਹੈ, ਅਤੇ ਤੁਸੀਂ ਇੱਥੋਂ ਹਰ ਤਰ੍ਹਾਂ ਦੀ ਮੂਰਤੀ ਜਿਹੜੀ ਆ ਖਰੀਦ ਸਕਦੇ ਹੋ, ਚਾਹੇ ਉਹ ਮਾਤਾ ਦੀ ਆ, ਚਾਹੇ ਉਹ ਗਣੇਸ਼ ਦੀ ਆ, ਚਾਹੇ ਉਹ ਤੁਸੀਂ ਕਿਸੇ ਵੀ ਭਗਵਾਨ ਦੀ ਮੂਰਤੀ ਲੈਣੀ ਹੋਵੇ, ਤੁਹਾਨੂੰ ਛੋਟੀ ਤੋਂ ਲੈ ਕੇ ਵੱਡੀ ਤੱਕ ਇੱਥੇ ਮਿਲ ਜਾਏਗੀ। ਜੇ ਤੁਸੀਂ ਦੇਖੋ ਤਾਂ ਇੱਥੇ ਛੋਟੀਆਂ ਛੋਟੀਆਂ ਮੂਰਤੀਆਂ ਵੀ ਸਾਰੇ ਭਗਵਾਨਾਂ ਦੀਆਂ ਬੜੀਆਂ ਹੀ ਸੋਹਣੀਆਂ ਲੱਗੀਆਂ ਹੋਈਆਂ ਨੇ, ਜਿੱਥੇ ਇਹਨਾਂ ਨੇ ਇੰਨਾ ਸੋਹਣਾ ਕਰਕੇ ਭਗਵਾਨ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਆ। ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਈਏ ਤਾਂ ਅਸੀਂ ਇੱਕ ਤੋਂ ਇੱਕ ਜਿਹੜੀ ਵਧੀਆ ਤੋਂ ਵਧੀਆ ਭਗਵਾਨ ਦੀ ਸੋਹਣੀ ਤੋਂ ਸੋਹਣੀ ਮੂਰਤੀ ਆ ਉਹ ਅਸੀਂ ਇੱਥੋਂ ਲੈ ਕੇ ਜਾ ਸਕਦੇ ਹਾਂ। ਅਤੇ ਜੇ ਅਸੀਂ ਗੱਲ ਕਰੀਏ ਗੱਡੀ 'ਚ ਰੱਖਣ ਲਈ, ਜੇ ਕਿਸੇ ਨੇ ਗੱਡੀ 'ਚ ਕੋਈ ਭਗਵਾਨ ਦੀ ਮੂਰਤੀ ਰੱਖਣੀ ਆ ਜਾਂ ਕੋਈ ਫੋਟੋ ਰੱਖਣੀ ਆ, ਉਹ ਵੀ ਜਿਹੜੀਆਂ ਸਾਰੀਆਂ ਇਹਨਾਂ ਦੇ ਕੋਲੋਂ ਮਿਲਦੀਆਂ ਆ। ਇਹਨਾਂ ਦੇ ਕੋਲੋਂ ਮੂਰਤੀਆਂ ਤੋਂ ਇਲਾਵਾ ਹੋਰ ਵੀ ਬੜਾ ਸਮਾਨ ਮਿਲਦਾ ਹੈ ਜੀ, ਬੁੱਧ ਧਰਮ ਦੇ ਨਾਲ ਰਿਲੇਟਡ ਵੀ ਹੈਗਾ ਆ, ਇਹਨਾਂ ਕੋਲ ਲਾਫਿੰਗ ਬੁੱਧਾ ਵੀ ਹੈਗਾ ਆ, ਕ੍ਰਿਸ਼ਨਾ ਦੀਆਂ ਬੜੀਆਂ ਸੋਹਣੀਆਂ ਮੂਰਤੀਆਂ ਨੇ। ਅਤੇ ਜੇ ਅਸੀਂ ਗੱਲ ਕਰਦੇ ਹਾਂ ਮੂਰਤੀਆਂ ਦੇ ਨਾਲ ਹੋਰ ਚੀਜ਼ਾਂ ਦੀ, ਅਤੇ ਉਹ ਬਿਲਕੁਲ ਜੀ ਤੁਹਾਨੂੰ ਛੋਟੇ ਬੱਚੇ ਦੀਆਂ ਛੋਟੀਆਂ ਛੋਟੀਆਂ ਚੂੜੀਆਂ ਪਈਆਂ ਵੀ ਇੱਥੇ ਦਿਸ ਰਹੀਆਂ ਹੋਣਗੀਆਂ, ਚੂੜੇ ਵੀ ਪਏ ਨੇ, ਹਰ ਚੀਜ਼ ਬੜੇ ਹੀ ਪਿਆਰ ਨਾਲ ਅਤੇ ਬੜੀ ਹੀ ਮਤਲਬ ਕਿ ਕੇਅਰ ਦੇ ਨਾਲ ਰੱਖੀ ਹੋਈ ਆ। ਅਤੇ ਜਿੱਥੇ ਇਹਨਾਂ ਨੇ ਸਿਲੈਕਟਡ ਆਈਟਮਸ ਦੇ ਉੱਤੇ 30% ਡਿਸਕਾਊਂਟ ਲਗਾਇਆ ਹੋਇਆ, ਉੱਦਾਂ ਆਲ ਓਵਰ ਸ਼ੋਪ ਦੇ ਉੱਤੇ 10% ਡਿਸਕਾਊਂਟ ਹੈਗਾ ਜੀ। ਪਰ ਜੇ ਤੁਸੀਂ ਆਪਣਾ ਪੰਜਾਬ ਟੀਵੀ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਹੋਰ ਵੀ ਵਧੀਆ ਜਿਹੜਾ ਡਿਸਕਾਊਂਟ ਮਿਲੇਗਾ। ਦਰਸ਼ਕੋ, ਅੱਜ ਅਸੀਂ ਆਏ ਹਾਂ ਦਾ ਪੂਜਾ ਹੱਟ ਦੇ ਉੱਤੇ, ਜਿੱਥੇ ਤੁਹਾਨੂੰ ਧਾਰਮਿਕ ਸਮਾਨ ਹਰ ਤਰ੍ਹਾਂ ਦਾ ਮਿਲੇਗਾ, ਹਰ ਤਰ੍ਹਾਂ ਦੀ ਮੂਰਤੀ, ਦੀਵੇ, ਹਰ ਚੀਜ਼ ਜਿਹੜੀ ਦੀਵਾਲੀ ਦੇ ਨਾਲ ਰਿਲੇਟਡ ਹੈ ਤੁਹਾਨੂੰ ਇੱਥੇ ਮਿਲੇਗੀ। ਇਹਨਾਂ ਦਾ ਇੱਕੋ ਹੀ ਐਡਰੈਸ ਹੈ ਜੀ, 31 ਮੈਲਨੀ ਡਰਾਈਵ, ਯੂਨਿਟ ਨੰਬਰ 5 and 6। ਅਤੇ ਮੇਰੇ ਨਾਲ ਨੇ ਜੀ ਪੌਲ ਰਿਸ਼ੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਹੋਣ ਦੀਵਾਲੀ ਦੀਆਂ ਤੁਹਾਨੂੰ, ਸਾਰਿਆਂ ਨੂੰ ਵਧਾਈਆਂ ਜਿੰਨੇ ਇਸ ਵੇਲੇ ਸ਼ੋਪਿੰਗ ਕਰ ਰਹੇ, ਸਾਰੇ ਦਰਸ਼ਕਾਂ ਨੂੰ ਵਧਾਈਆਂ, ਤੁਹਾਡੇ ਵਿਊਅਰਸ ਨੂੰ ਵਧਾਈਆਂ। ਸੋ ਹੈਪੀ ਦੀਵਾਲੀ ਦਾ ਇਹ ਤਿਉਹਾਰ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਪ੍ਰੋਸਪੈਰਿਟੀ ਲੈ ਕੇ ਆਵੇ। ਅਤੇ ਹੋਰ ਦੱਸੋ। ਬਿਲਕੁਲ ਜੀ, ਜਿੱਥੇ ਤੁਸੀਂ ਬਹੁਤ ਵਧੀਆ ਵਧਾਈਆਂ ਦਿੱਤੀਆਂ, ਤੁਸੀਂ ਇਹ ਦੱਸੋ ਵੀ ਦੀਵਾਲੀ ਦੇ ਉੱਤੇ ਤੁਸੀਂ ਕੀ ਖਾਸ ਕਰ ਰਹੇ ਹੋ? ਦੀਵਾਲੀ ਦਾ ਹਮੇਸ਼ਾ ਦੀ ਤਰ੍ਹਾਂ ਅਸੀਂ 15 ਸਾਲ ਤੋਂ ਬਹੁਤ ਵਧੀਆ ਇੰਡੀਆ ਤੋਂ ਅੱਛੇ ਅੱਛੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ। ਸਾਰੇ ਜਿੰਨੇ ਵੀ ਸਾਡੇ ਸ਼ੋਪਰਸ ਹੈਗੇ ਆਲਵੇਜ਼ ਐਕਸਪੈਕਟ ਕਰਦੇ ਵੀ ਜੇ ਅਸੀਂ ਇਸ ਦੀਵਾਲੀ 'ਤੇ ਕੁਝ ਨਵਾਂ ਕਰੀਏ, ਤਾਂ ਉਹ ਨਵੇਂ ਵਾਸਤੇ ਸਾਡੀ ਜਿਸ ਤਰ੍ਹਾਂ ਪਿਛਲੇ 6 ਮਹੀਨੇ ਤੋਂ ਸ਼ੋਪਿੰਗ ਸ਼ੁਰੂ ਹੋ ਜਾਂਦੀ ਇੰਡੀਆ ਦੇ ਵਿੱਚ ਨਾ, ਅਤੇ ਤੁਸੀਂ ਦੇਖ ਹੀ ਰਹੇ ਹੋ ਕਿੱਡਾ ਵਧੀਆ ਮਤਲਬ ਸਟੇਜ ਕੀਤਾ ਹੋਇਆ ਸੀ, ਔਰ ਇਹਦੇ 'ਚ ਘੱਟ ਤੋਂ ਘੱਟ ਨਹੀਂ ਕੋਈ 15 ਤਰ੍ਹਾਂ ਦੇ ਦੀਵੇ ਤਾਂ ਹੋਣੇ ਹੀ ਆ, ਤਾਂ ਸਾਰੇ ਹੈਂਡਮੇਡ ਦੀਵੇ ਨੇ ਔਰ ਸਾਰੇ ਇਹਨਾਂ ਨੂੰ ਆਪਾਂ ਕਸਟਮ ਮੇਡ ਔਰ ਪਲੱਸ ਕਹਿ ਲਓ ਵੀ ਡਿਜ਼ਾਈਨਰ ਦੀਆ ਕਹਿੰਦੇ ਹਾਂ। ਸੋ ਉਹ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ। ਇਸ ਤੋਂ ਇਲਾਵਾ ਡੈਕੋਰੇਸ਼ਨਸ ਹੁੰਦੀਆਂ ਨੇ, ਜਿਸ ਤਰ੍ਹਾਂ ਘਰ ਨੂੰ ਸਜਾਉਣਾ ਹੈ ਤੁਸੀਂ ਲਾਈਟਾਂ ਦੇ ਨਾਲ, ਫਲਾਵਰਸ ਦੇ ਨਾਲ, ਉਹ ਸਾਰਾ ਤੁਹਾਨੂੰ ਮਿਲਦਾ। ਅਤੇ ਪਲੱਸ ਫਲੋਰ ਦੀ ਰੰਗੋਲੀ, ਯਾਨੀ ਘਰ ਦਾ ਜਿਹੜਾ ਅੰਦਰ ਐਂਟਰੈਂਸ ਆਉਂਦੇ, ਕਿਉਂਕਿ ਮਾਤਾ ਰਾਣੀ ਨੇ ਆਉਣਾ ਹੁੰਦਾ ਉਦਨ ਘਰਾਂ 'ਚ ਅਤੇ ਆਸ਼ੀਰਵਾਦ ਦੇਣ ਅਤੇ ਪ੍ਰੋਸਪੈਰਿਟੀ ਦਾ ਬਲੈਸਿੰਗ ਦੇਣ, ਅਤੇ ਉਦਨ ਅਸੀਂ ਰੰਗੋਲੀਆਂ ਬਹੁਤ ਸਾਡੇ ਕੋਲ ਹੁੰਦੀਆਂ ਨੇ, ਉਹਦੇ 'ਚ ਕਲਰਫੁਲ ਰੰਗੋਲੀ ਹੈਗੀ ਆ, ਜਿਸ ਤਰ੍ਹਾਂ ਪੇਪਰ ਦੇ ਉੱਪਰ ਬਣੀ ਬਣਾਈ ਵੀ ਆਉਂਦੀ, ਅੱਜ ਕੱਲ੍ਹ ਲੋਕ ਨਹੀਂ ਬਣਾਉਣਾ ਚਾਹੁੰਦੇ ਜਾਂ ਜਾਣਦੇ ਨਹੀਂ ਕਿਸ ਤਰ੍ਹਾਂ ਬਣਾਈ ਜਾਵੇ, ਅਤੇ ਅਸੀਂ ਰੈਡੀਮੇਡ ਵੀ ਲੈ ਕੇ ਆਏ ਉਹਨਾਂ ਵਾਸਤੇ। ਅੱਛਾ, ਬਲਕਿ ਤੁਸੀਂ ਜਿਹੜੀ ਲਾਈਫ ਹੈ ਹੋਰ ਈਜ਼ੀ ਕਰ ਦਿੱਤੀ, ਕਿ ਜਿਨ੍ਹਾਂ ਲਈ ਥੋੜ੍ਹਾ ਜਿਹਾ ਡਿਫੀਕਲਟ ਸੀ ਨਾ ਵੀ ਇਸ ਵਾਰ ਰੰਗੋਲੀ ਕਿੱਦਾਂ ਬਣਾਈ ਜਾਵੇ, ਤੁਸੀਂ ਕਹਿੰਦੇ ਵੀ ਇਸ ਵਾਰ ਨਹੀਂ ਵੀ ਤੁਹਾਡੇ ਲਈ ਵੀ ਬਹੁਤ ਈਜ਼ੀ ਕਰ ਦਿੰਦੇ। ਬਿਲਕੁਲ ਠੀਕ ਆ, ਅਤੇ ਉਹਦੇ ਨਾਲ ਇਹ ਹੋ ਜਾਂਦਾ ਵੀ ਕਸਟਮਰ ਜਿਹੜਾ ਕਨਵੀਨੀਅੰਟ ਰਹਿੰਦਾ, ਇੱਕ ਤਾਂ ਲੈਕ ਆਫ ਟਾਈਮ ਹੈਗਾ ਸਾਰਿਆਂ ਕੋਲ, ਟਾਈਮ ਦੀ ਸ਼ਾਰਟੇਜ ਹੀ ਰਹਿੰਦੀ ਹੈ, ਲੇਕਿਨ ਇਹ ਹੈ ਵੀ ਚਲੋ ਉਸ ਤਿਉਹਾਰ ਵਾਲੇ ਦਿਨ ਤੁਹਾਡੇ ਕੋਲ ਹਰ ਚੀਜ਼ ਮਿਲ ਜਾਏ ਔਰ ਈਜ਼ੀ ਟੂ ਯੂਜ਼ ਹੋਵੇ, ਉਹ ਸਾਡੇ ਕੋਲ ਹਰ ਚੀਜ਼ ਜਿਹੜੀ ਰੰਗੋਲੀ ਹੋਈ, ਤੋਰਨ ਹੋਈ, ਤੁਸੀਂ ਉੱਪਰ ਦੇਖ ਰਹੇ ਸੀਲਿੰਗ ਦੇ ਉੱਪਰ ਬਹੁਤ ਸੋਹਣੀਆਂ ਸੋਹਣੀਆਂ ਤੋਰਨਸ ਨੇ ਜਿਹੜੀਆਂ ਘਰ ਦੇ ਵਿੱਚ ਉਸ ਵੇਲੇ ਦੀਵਾਲੀ ਦੇ ਮੌਕੇ 'ਤੇ ਲੋਕ ਲਗਾਉਣਾ ਚਾਹੁੰਦੇ ਆ, ਅਤੇ ਬਹੁਤ ਅੱਛੀ ਤਰ੍ਹਾਂ ਦਬਾ ਕੇ ਸ਼ੋਪਿੰਗ ਇਸ ਵੇਲੇ ਹੋ ਰਹੀ ਹੈ। ਵੈਸੇ ਵੀ ਇੱਕੋ ਵੀਕਐਂਡ ਆ ਦੀਵਾਲੀ ਦਾ, 2 ਦਿਨ ਰਹਿ ਗਏ ਨੇ, 3 ਦਿਨ, ਸੋ ਵੀ ਹੈਵ ਐਵਰੀਥਿੰਗ, ਯੂ ਨੇਮ ਇਟ, ਵੀ ਹੈਵ ਇਟ। ਅਤੇ ਜੇ ਅਸੀਂ ਗੱਲ ਕਰੀਏ ਸਪੈਸ਼ਲ ਆਫਰਸ ਦੀ, ਅਤੇ ਦੀਵਾਲੀ 'ਤੇ ਕਿੰਨੇ ਕੁ ਆਫਰਸ ਦੇ ਰਹੇ ਹੋ ਤੁਸੀਂ? ਸੁਪਰ ਸੇਲ ਹੈਗੀ ਹੈ। ਸੁਪਰ ਸੇਲ ਦਾ ਮਤਲਬ ਇਹ ਹੁੰਦਾ ਵੀ ਦੀਵਾਲੀ ਦੀ ਫੈਸਟੀਵਲ ਆਈਟਮ ਹੈ, ਇਹਦੇ 'ਚ ਬੇਸਿਕਲੀ ਕੋਈ ਸੇਲ ਜਿਹੜੀ ਹੈਗੀ ਹੈ 15-20% ਕਸਟਮਰ ਨੂੰ ਅਸੀਂ ਪ੍ਰੋਵਾਈਡ ਕਰਵਾਈਦਾ, ਜਿਹੜਾ ਕਿ ਜੈਨੂਅਨ ਡਿਸਕਾਊਂਟ ਹੁੰਦਾ। ਇਹ ਨਹੀਂ ਵੀ ਪਹਿਲਾਂ ਵਧਾ ਦਿਓ ਫਿਰ ਘਟਾ ਲਓ, ਇਹੋ ਜਿਹਾ ਕੋਈ ਕੰਮ ਨਹੀਂ, ਔਰ ਪਿਛਲੇ 15 ਸਾਲ ਤੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਬਣਿਆ ਹੋਇਆ ਪੂਜਾ ਹੱਟ 'ਤੇ, ਅਤੇ ਉਹਦੇ ਵਾਸਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦਾ। ਸੋ ਬਾਕੀ ਜੈਨੂਅਨ ਰੇਟਸ ਹੈਗੇ ਨੇ ਔਰ ਬਹੁਤ ਕੁਆਲਿਟੀ ਵਾਈਜ਼ ਬਹੁਤ ਅੱਛਾ ਹੈਗਾ। ਕਦੀ ਇੱਦਾਂ ਨਹੀਂ ਹੋਈ ਵੀ ਬੀਬੀਆਂ ਕਹਿਣ ਵੀ ਬਾਰਗਨਿੰਗ 'ਤੇ ਵੀ ਤੁਸੀਂ 15 'ਤੇ ਹੀ ਅੜੇ ਹੋ, ਨਹੀਂ ਥੱਲੇ ਹੋ ਤੁਹਾਡੇ? ਬੜੀ ਵਾਰ ਹੁੰਦਾ, ਪਰ ਉਹ ਮੈਂ ਸਮਝਾ ਲੈਂਦਾ ਉਹਨਾਂ ਨੂੰ, ਬੀਬੀਆਂ ਨਾਲ ਹੁੰਦਾ ਜ਼ਰੂਰ ਹੈ
ਤੇ 5% ਹੋਰ ਐਕਸਟਰਾ ਮਿਲੇਗਾ ਜੀ ਜਦੋਂ ਵੀ ਟਾਈਮ ਲੱਗੇ, ਚਾਹੇ ਥੋੜ੍ਹਾ ਜਿਹਾ ਇੱਥੋਂ ਲੰਘਦੇ ਜਾਂਦੇ ਵੜ ਕੇ ਇੱਕ ਵਾਰੀ ਜ਼ਰੂਰ ਗੇੜਾ ਕੱਢ ਕੇ ਜਾਇਓ। ਅਤੇ ਮੈਨੂੰ ਉਮੀਦ ਹੈ ਕਿ ਜਦੋਂ ਵੀ ਤੁਸੀਂ ਇੱਥੇ ਗੇੜਾ ਕੱਢਣ ਆਓਗੇ ਤੁਸੀਂ ਖਾਲੀ ਹੱਥ ਇੱਥੋਂ ਨਹੀਂ ਮੁੜਦੇ। ਅਤੇ ਜੇ ਅਸੀਂ ਗੱਲ ਕਰੀਏ ਦੀਵਿਆਂ ਦੀ, ਤਾਂ ਦੀਵੇ ਤੁਸੀਂ ਆਪ ਵੀ ਸਜਾਉਂਦੇ ਹੋ ਕਿ ਨਹੀਂ ਸਾਰੇ ਰੈਡੀਮੇਡ ਇੰਡੀਆ ਤੋਂ ਹੀ ਮੰਗਾਉਂਦੇ? ਨਹੀਂ, ਆਪ ਇੱਥੇ ਨਹੀਂ ਸਜਾਈਦੇ ਕਿਉਂਕਿ ਲੇਬਰ ਬਹੁਤ ਮਹਿੰਗੀ ਪੈਂਦੀ, ਟਾਈਮ ਘੱਟ ਹੁੰਦਾ। ਅਸੀਂ ਇੰਡੀਆ ਤੋਂ ਹਰ ਚੀਜ਼ ਪ੍ਰਪੇਅਰ ਕਰਵਾ ਕੇ ਇੱਥੇ ਲੈ ਕੇ ਆਉਂਦੇ ਹਾਂ। ਮਤਲਬ ਕਿ ਤੁਸੀਂ ਪਹਿਲਾਂ ਹੀ ਪਲੈਨਿੰਗ ਕੀਤੀ ਹੁੰਦੀ ਆ ਵੀ ਹਾਂ ਵੀ ਇੰਨੀ ਚੀਜ਼ ਮੰਗਾਉਣੀ ਹੈ ਅਤੇ ਇੰਨੀ ਕੱਢਣੀ ਵੀ ਕੱਢਣੀ ਹੈ। ਬਿਲਕੁਲ ਠੀਕ ਕਿਹਾ ਤੁਸੀਂ, ਕਿਉਂਕਿ ਹਿਸਾਬ ਹੁੰਦਾ, ਸਾਨੂੰ ਪਤਾ ਸਾਡੇ ਕੋਲ ਕਿੰਨੇ ਕਸਟਮਰ ਆਉਣੇ ਹੈਗੇ ਆ। ਸਾਡੇ ਕੋਲ ਓਵਰ ਸਟਾਕ ਵੀ ਹੁੰਦਾ ਪਰ ਐਂਡ ਆਫ ਦਾ ਡੇ ਵਿਕ ਜਾਂਦਾ ਸਾਰਾ, ਕਦੀ ਇਹ ਨਹੀਂ ਹੋਇਆ ਵੀ ਲੈਫਟ ਓਵਰ ਹੋ ਗਿਆ ਹੋਵੇ। ਸੋ ਬਹੁਤ ਵਧੀਆ। ਪਰ ਜੇ ਅਸੀਂ ਗੱਲ ਕਰੀਏ, ਤੁਸੀਂ ਇੱਥੇ ਹਰ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੋਇਆ, ਅਤੇ ਜੇ ਅਸੀਂ ਭਗਵਾਨ ਦੀਆਂ ਮੂਰਤੀਆਂ ਦੀ ਗੱਲ ਕਰੀਏ, ਤੁਸੀਂ ਬੜੀਆਂ ਸੋਹਣੀਆਂ ਸੋਹਣੀਆਂ ਰੱਖੀਆਂ, ਬੜੀਆਂ ਸੋਹਣੀਆਂ ਸੋਹਣੀਆਂ ਸਜਾਈਆਂ ਵੀ ਹੋਈਆਂ ਨੇ, ਅਤੇ ਜੇ ਇਹਨਾਂ 'ਤੇ ਗੱਲ ਕਰੀਏ ਵੀ ਤੁਸੀਂ ਭਗਵਾਨ 'ਤੇ ਵੀ ਥੋੜ੍ਹਾ ਬਹੁਤ ਡਿਸਕਾਊਂਟ ਦਿਓਗੇ? ਇੱਦਾਂ ਹੁੰਦਾ, ਵੈਸੇ ਤਾਂ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਭਗਵਾਨ ਜੀ ਦੀ, ਪਰ ਇਹ ਹੈਗਾ ਵੀ ਫੈਸਟੀਵਲ ਹੈ, ਹਰ ਬੰਦਾ ਐਕਸਪੈਕਟ ਕਰਦਾ ਮੇਰੀ ਕੋਈ ਸੇਵਿੰਗ ਹੋ ਜਾਵੇ, ਅਤੇ ਅਸੀਂ ਕੋਸ਼ਿਸ਼ ਕਰੀਦੀ ਹਰ ਚੀਜ਼ ਜਿਹੜੀ ਵੀ ਪੂਜਾ ਹੱਟ ਦੇ ਅੰਦਰ ਪਈ ਹੈ ਉਹਦੇ ਉੱਪਰ ਅਸੀਂ ਖੁੱਲ੍ਹਮ ਖੁੱਲ੍ਹਾ ਡਿਸਕਾਊਂਟ ਔਫਰ ਕਰੀਦਾ ਬਗੈਰ ਦਿਲ ਘੁੱਟੇ। ਬਿਲਕੁਲ, ਬਹੁਤ ਵਧੀਆ ਗੱਲ ਹੈ। ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਸਾਰਿਆਂ ਤੋਂ ਬਾਹਰ, ਕਿ ਜਦੋਂ ਕੋਈ ਵੀ ਬੀਬੀ ਆਉਂਦੀ ਹੈ ਆਫਕੋਰਸ ਭਗਵਾਨ ਲੈਣ, ਸਹੀ ਹੈ ਨਾ, ਅਤੇ ਕਦੀ ਉਹਨਾਂ ਨੇ ਕਿਹਾ ਕਿ ਭਗਵਾਨ ਹੈ ਤੁਸੀਂ ਇਹਨਾਂ ਨੂੰ ਵੀ ਇੰਨੇ ਮਹਿੰਗੇ ਲਾਇਆ ਹੋਇਆ? ਇਹ ਵੀ ਵੈਸੇ ਇੱਕ ਮਜ਼ਾਕ ਦੀ ਗੱਲ ਹੈ ਪਰ ਕਈ ਵਾਰ ਹੋ ਜਾਂਦਾ ਇੱਦਾਂ, 100 ਚੋਂ 1 ਕਸਟਮਰ ਇੱਦਾਂ ਕਹਿ ਜਾਂਦਾ, ਪਰ ਉਹ ਵੀ ਇੱਕ ਕਹਿ ਲਓ ਵੀ ਜਿੱਦਾਂ ਸਹਿਸਵਾ, ਉਹਨਾਂ ਦਾ ਦਿਲ ਕੁਛ ਕਹਿਣਾ ਕੁਛ ਹੋਰ ਚਾਹੁੰਦੇ ਹੁੰਦੇ, ਪਰ ਸਮਝ ਇਹ ਲੱਗਦੀ ਵੀ ਇਹ ਡਿਸਕਾਊਂਟ ਇਸ 'ਤੇ ਵੀ ਮੰਗ ਰਿਹਾ, ਪਰ ਫੋਰ ਸ਼ੋਰ ਮੰਗਦੇ ਹੈਗੇ ਆ, ਪਰ ਅਸੀਂ ਆਪਣੀ ਲੋਕ ਪੂਰਾ ਦੇਈਦਾ ਡਿਸਕਾਊਂਟਸ। ਬਹੁਤ ਵਧੀਆ ਲੱਗਿਆ ਜੀ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਇੰਨਾ ਵਧੀਆ ਜਿਹੜਾ ਕੀਮਤੀ ਟਾਈਮ ਹੈ ਸਾਡੇ ਲਈ ਕੱਢਿਆ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਚੀਜ਼ ਹੋਰ ਮੈਂ ਕਹਿਣੀ ਸੀ, ਧਨਤੇਰਸ ਦਿਨ ਆ ਰਿਹਾ, ਧਨਤੇਰਸ ਦੇ ਵਿੱਚ ਕੀ ਹੁੰਦਾ, ਆਪਾਂ ਚਾਂਦੀ ਖਰੀਦੀਦੀ ਹੈ, ਸੋਨਾ ਖਰੀਦੀਦਾ, ਪਰ ਮੈਂ ਸੋਨਾ ਤਾਂ ਕੈਰੀ ਨਹੀਂ ਕਰਦਾ, ਚਾਂਦੀ ਦੀ ਸਾਡੇ ਕੋਲ ਸਿੱਕੇ ਵਗੈਰਾ ਮੂਰਤੀਆਂ ਵਗੈਰਾ ਹੁੰਦੀਆਂ ਨੇ, ਉਹ ਤੁਸੀਂ ਹਮੇਸ਼ਾ ਜਦੋਂ ਵੀ ਹੁਣ ਧਨਤੇਰਸ ਵਾਲੇ ਦਿਨ ਆਓ ਤਾਂ ਸਾਡੇ ਕੋਲ ਉਹ ਬਾਏ ਕਰੋ। ਸਾਡੇ ਕੋਲ ਭਾਂਡੇ ਵੀ ਹੁੰਦੇ ਨੇ, ਲੋਕ ਉਦਣ ਭਾਂਡੇ ਵੀ ਬਾਏ ਕਰਨਾ ਚਾਹੁੰਦੇ ਆ, ਪਰ ਮੈਂ ਜਿੱਥੇ ਤੱਕ ਦੇਖਿਆ ਡਿਸਪਲੇ 'ਚ ਮੈਨੂੰ ਕਿਤੇ ਦਿਸੇ ਨਹੀਂ। ਨਹੀਂ, ਤੁਸੀਂ ਅੱਗੇ ਪੂਰਾ ਚੰਗੀ ਤਰ੍ਹਾਂ ਜਦੋਂ ਤੁਸੀਂ ਘੁੰਮੋਗੇ, ਮੈਂ ਤੁਹਾਨੂੰ ਟੂਰ ਹਲੇ ਕਰਾਇਆ ਨਹੀਂ ਕਿਉਂਕਿ ਕਾਫੀ ਜ਼ਿਆਦਾ ਕਰਾਊਡ ਹੈਗਾ, ਪਰ ਆਪਣੇ ਕੋਲ ਸਾਰਾ ਕੁਝ ਹੈਗਾ, ਐਵਰੀਥਿੰਗ ਅਵੇਲੇਬਲ ਹੈਗਾ। ਮੈਂ ਗਈ ਉੱਥੇ ਸਾਹਮਣੇ, ਹਾਂਜੀ ਹੈਗੇ ਨਾ, ਬਸ ਠੀਕ ਹੈ। ਬਿਲਕੁਲ, ਬੜੇ ਸ਼ੁਭ ਰੁਸਤਮ ਨੇ ਜੀ, ਕਹਿੰਦੇ ਕਿ ਜੇ ਆਉਣਾ ਹੈ ਕਿਸੇ ਵੀ ਬਹਾਨੇ ਨਾਲ ਕਸਟਮਰ ਜਾਣਾ ਨਹੀਂ ਚਾਹੀਦਾ, ਹਰ ਚੀਜ਼ ਰੱਖੀ ਹੋਈ ਆ, ਤੁਸੀਂ ਇੰਨਾ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਕਸਟਮਰਸ ਨੂੰ ਦਿੱਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡੀ ਸਾਰੀ ਟੀਮ ਦਾ ਧੰਨਵਾਦ, ਤੁਸੀਂ ਇੱਥੇ ਆਏ, ਥੈਂਕ ਯੂ, ਐਂਡ ਵਿਸ਼ ਯੂ ਵੈਰੀ ਹੈਪੀ ਦੀਵਾਲੀ ਐਂਡ ਪ੍ਰੋਸਪਰ ਦੀਵਾਲੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ, ਅੱਜ ਅਸੀਂ ਹੈਗੇ ਹਾਂ ਇੰਡੀਅਨ ਸਜਾਵਟ ਪੂਜਾ ਹੱਟ ਦੇ ਉੱਤੇ, ਅਤੇ ਅੱਜ ਮੇਰੇ ਨਾਲ ਉੱਥੋਂ ਦੇ ਇੱਕ ਕੰਮ ਕਰਨ ਵਾਲੇ ਨੇ, ਵਰਕਰ ਨੇ, ਫੈਮਿਲੀ ਮੈਂਬਰ ਨੇ, ਜਿਨ੍ਹਾਂ ਦਾ ਨਾਂ ਹੈ ਜੀ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਸੁਖਦੇਵ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਪਹਿਲਾਂ ਤਾਂ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ, ਬੋਲੇ ਤੁਹਾਨੂੰ ਸਾਰਿਆਂ ਨੂੰ, ਬੜੇ ਸਗਮ ਨਗਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ, ਸ਼ੁਭ ਕਾਮਨਾ ਦੀਵਾਲੀ ਨੇ ਸਭ ਨੂੰ, ਆਉਣ ਸਭ ਨੂੰ ਵਧੀਆ ਲਿਆਵੇ ਦੀਵਾਲੀ। ਤੁਸੀਂ ਇਹ ਦੱਸੋ, ਤੁਸੀਂ ਇਸ ਪਰਿਵਾਰ ਨਾਲ ਕਦੋਂ ਦੇ ਜੁੜੇ ਹੋਏ? ਇਸ ਪਰਿਵਾਰ ਨਾਲ ਜਦੋਂ ਦਾ ਸਟੋਰ ਖੁੱਲ੍ਹਿਆ ਜੀ, ਉਸ ਪਰਿਵਾਰ ਨਾਲ ਜੇ ਸੈਟ ਬਣੀ ਉਦੋਂ ਦਾ ਇਹਨਾਂ ਪਰਿਵਾਰ ਨਾਲ ਜੁੜਿਆ ਹੋਇਆ ਮੈਂ। ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਨਾਲ ਹੀ ਜੁੜੇ ਹੋਏ ਸੀਗੇ, ਇਹ ਬਿਜ਼ਨਸ ਖੋਲ੍ਹਣ ਤੋਂ ਪਹਿਲਾਂ ਤਾਂ ਮੈਂ ਇਹਨਾਂ ਨਾਲ ਜੁੜਿਆ ਹੋਇਆ। ਅਤੇ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਇਸ ਪਰਿਵਾਰ ਨਾਲ ਕੰਮ ਕਰਦੇ ਹੋ, ਜਦੋਂ ਤੁਸੀਂ ਇੰਨੇ ਬਿਜ਼ੀ ਮਾਹੌਲ 'ਚ ਕੰਮ ਕਰਦੇ ਹੋ, ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ? ਇਸ ਮਾਹੌਲ ਦੇ ਵਿੱਚ ਇੱਦਾਂ ਲੱਗਦਾ ਮੈਨੂੰ ਵੀ ਮੈਂ ਆਪਣੀ ਫੈਮਿਲੀ ਨਾਲ ਬੈਠਾ, ਆਪਣੇ ਮੈਂਬਰ ਨਾਲ ਬੈਠਾ, ਇਹਦਾ ਮੇਰਾ ਆਪਣਾ ਹੀ ਬਿਜ਼ਨਸ ਹੈ, ਆਪਣਾ ਮੇਰਾ, ਆਪਣਾ ਪੂਰੀ ਫੈਮਿਲੀ ਇਹਦੇ ਵਿੱਚ ਆਪਾਂ ਕੰਮ ਕਰਦੇ, ਮੈਂ ਮੇਰੀ ਡੋਟਰ, ਮੇਰਾ ਸਨ, ਮਾਈ ਵਾਈਫ, ਇਹ ਵੀ ਸਾਰੇ ਹੀ ਇੱਥੇ ਕੰਮ ਕਰਦੇ ਨੇ। ਬਹੁਤ ਵਧੀਆ ਲੱਗਿਆ ਜੀ ਇਹ ਸੁਣ ਕੇ ਵੀ ਤੁਸੀਂ ਸਾਰੀ ਫੈਮਿਲੀ ਇੱਥੇ ਕੰਮ ਕਰਦੇ ਹੋ, ਅਤੇ ਤੁਹਾਡਾ ਐਕਸਪੀਰੀਅੰਸ ਇੰਨੇ ਸਾਲਾਂ ਦਾ ਬੜਾ ਵਧੀਆ ਹੈ। ਤੁਸੀਂ ਕੋਈ ਖਾਸ ਗੱਲ ਦੱਸਣਾ ਚਾਹੋਗੇ ਇਸ ਫੈਮਿਲੀ ਬਾਰੇ, ਇਸ ਪਰਿਵਾਰ ਬਾਰੇ ਜਾਂ ਇਸ ਸਟੋਰ ਬਾਰੇ? ਦੇਖੀਏ, ਇਸ ਸਟੋਰ ਦਾ ਇਹ ਹੈਗਾ ਵੀ ਆਪਾਂ ਜੋ ਵੀ ਇੰਡੀਆ 'ਚ ਦੇਖਿਆ ਸੀਗਾ, ਜੋ ਵੀ ਆਪਾਂ ਉੱਥੇ ਦੇਖਿਆ ਪੁਰਾਣੀਆਂ ਆਰਟ, ਜੋ ਆਰਟ ਉਹਨਾਂ ਨੇ ਅੱਜ ਲੋਕ ਭੁੱਲਦੇ ਜਾਂਦੇ ਨੇ, ਜਿਨ੍ਹਾਂ ਨੂੰ ਉਹਨਾਂ ਬਾਰੇ ਕੁਛ ਪਤਾ ਵੀ ਨਹੀਂ ਹੈਗਾ, ਉਹ ਸਾਰਾ ਆਰਟ ਤੁਹਾਨੂੰ ਇੱਥੇ ਪੂਜਾ ਹੱਟ ਦੇ ਵਿੱਚ ਮਿਲੂਗਾ। ਐਨ ਮਾਝਾ ਮਾਲਵਾ ਦੇ ਵਿੱਚ ਐਨ ਚੁੱਲ੍ਹੇ ਦੇ ਲੱਗੇ, ਜਿਹੜੇ ਮਿੱਟੀ ਦੇ ਚੁੱਲ੍ਹੇ ਬਣਾ ਕੇ ਰੋਟੀਆਂ ਸਾਨੂੰ ਸਾਡੀਆਂ ਮਾਵਾਂ ਸਾਨੂੰ ਬਣਾ ਕੇ ਦੇਣੀਆਂ, ਚੁੱਲ੍ਹੇ ਦੇ ਤਵਾ ਰੱਖਿਆ ਹੁੰਦਾ ਅੱਗ ਬਾਲਦੇ, ਉਹ ਚੁੱਲ੍ਹਾ ਮਿੱਟੀ ਦੇ ਭਾਂਡੇ ਐਨ ਸਾਰਾ ਹੀ ਉਹ ਸਾਨੂੰ ਤੁਹਾਨੂੰ ਮਾਝਾ ਮਾਲਵਾ 'ਚ ਮਿਲੂਗਾ। ਇੱਥੇ ਪੂਜਾ ਦਾ ਸਾਰਾ ਸਮਾਨ ਤੁਹਾਨੂੰ ਦੀਵੇ ਛੋੜੇ ਹੱਥ ਨਾਲ ਬਣਿਓ, ਘੁਮਾਰ ਦੇ ਜਿਹੜੇ ਉਹ ਆਪਾਂ ਭੁੱਲ ਚੁੱਕੇ ਹਾਂ ਲੋਕ ਉਹਨੂੰ ਬਣਿਆ, ਉਹ ਅਸੀਂ ਸਾਰੇ ਇੱਥੇ ਲੈ ਕੇ ਆਉਂਦੇ ਹਾਂ, ਅਤੇ ਇੱਥੇ ਸਾਰੇ ਲੋਕ ਉਹਨਾਂ ਨੂੰ ਦੇਖ ਕੇ ਇੰਨੇ ਵਧੀਆ ਲੱਗਦੇ ਵੀ ਸਾਨੂੰ ਉਹ ਪੁਰਾਣੀ ਯਾਦ ਆ ਜਾਂਦੀ ਆਪਣੀ ਇੰਡੀਆ ਦੀ। ਹੁਣ ਨਵਾਂ ਜਨਰੇਸ਼ਨ ਆਉਣੀ, ਉਹਨਾਂ ਇਹਨਾਂ ਬਾਰੇ ਕੁਛ ਪਤਾ ਨਹੀਂ, ਜਦੋਂ ਇੱਥੇ ਆਉਂਦੇ ਉਹਨਾਂ ਨੂੰ ਸਟੋਰੀ ਦੱਸੀ ਦੀ ਆਪਾਂ ਵੀ ਸਾਡਾ ਪਿਛੋਕਰ ਕੀ ਸੀਗਾ, ਅਸੀਂ ਇੰਨਾ
ਬਿਲਕੁਲ ਜੀ, ਜਿਸੇ ਤੁਹਾਡੇ ਪਰਿਵਾਰ ਨੇ ਫੈਮਿਲੀ ਨੇ ਸਾਰਾ ਵਿਰਸਾ ਸੰਭਾਲਿਆ ਹੋਇਆ ਆ ਉੱਥੇ। ਪੌਲ ਜੀ ਨੇ ਵੀ ਬੜੀ ਮਿਹਨਤ ਕੀਤੀ ਹੈ ਵਿਰਸਾ ਸੰਭਾਲਣ ਦੇ ਲਈ। ਇੰਨਾ ਸੋਹਣਾ ਲੱਗਦਾ ਹੈ ਜਦੋਂ ਅਸੀਂ ਇੱਥੇ ਆਉਂਦੇ ਹਾਂ, ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਸਾਡਾ ਸੱਭਿਆਚਾਰ ਸਾਰਾ ਮਾਝਾ ਮਾਲਵਾ ਦੁਆਬਾ ਨੇ ਅਤੇ ਪੂਜਾ ਹੱਟ ਨੇ ਬੜੇ ਪਿਆਰ ਨਾਲ ਸੰਭਾਲਿਆ ਹੋਇਆ। ਇਹਦੇ ਲਈ ਤੁਸੀਂ ਸਾਰੇ ਬੜੇ ਵਧਾਈ ਦੇ ਪਾਤਰ। ਥੈਂਕ ਯੂ ਜੀ, ਤੁਹਾਡਾ ਵਧਾਈ ਦੇ ਪਾਤਰ ਉਹ ਨੇ ਜਿਹੜੇ ਸਾਨੂੰ ਆ ਕੇ ਸਾਨੂੰ ਮਾਣ ਦਿੰਦੇ ਨੇ, ਜਿਹੜੇ ਸਾਡੇ ਉਹ ਕਸਟਮਰ ਸਾਡੇ ਨਾਲ ਆ ਕੇ ਸਾਡਾ ਪਿਆਰ ਨਾਲ ਗੱਲ ਕਰਦੇ ਨੇ, ਪਿਆਰ ਦੇ ਨਾਲ ਅਸੀਂ ਉਹਨਾਂ ਨਾਲ ਗੱਲ ਕਰ, ਉਹ ਪਿਆਰ ਹੀ ਆ ਸਾਡਾ ਜਿਸ ਨੂੰ ਇਸ ਬਿਜ਼ਨਸ ਨੂੰ ਅਸੀਂ ਉੱਪਰ ਲੈ ਕੇ ਚੱਲੇ। ਅਸੀਂ ਹੋਰ ਵੀ ਉੱਪਰ ਲੈ ਕੇ ਜਾਣਾ ਚਾਹਵਾਂਗੇ ਵੀ ਜਾਣੀ ਕਿਸੇ ਦੇ ਵਿੱਚ ਇੱਦਾਂ ਦੀ ਨਾ ਹੋਵੇ ਵੀ ਉਹ ਬਹੁਤ ਵਧੀਆ ਗੱਲ ਆ। ਅਸੀਂ ਇੰਨੀ ਵਧਾਈਆਂ 'ਤੇ ਲੈ ਜਾਣਾ ਵੀ ਲੋਕ ਪਿਛਲਾ ਵਿਰਸਾ ਨਾ ਕਦੀ ਭੁੱਲਣਾ, ਉਹ ਵਿਰਸਾ ਸਾਨੂੰ ਇੱਥੇ ਕਨੇਡਾ 'ਚ ਮਿਲਿਆ ਜਿਹੜਾ ਆਪਾਂ ਇੰਡੀਆ 'ਤੇ ਛੱਡ ਕੇ ਆਏ ਹਾਂ। ਬਿਲਕੁਲ ਦਵਿੰਦਰ ਜੀ, ਤੁਸੀਂ ਬੜੀਆਂ ਹੀ ਪਿਆਰੀਆਂ ਗੱਲਾਂ ਕੀਤੀਆਂ, ਬੜੀਆਂ ਹੀ ਪਿਆਰੀਆਂ ਪਿਆਰੀਆਂ ਚੀਜ਼ਾਂ ਬਾਰੇ ਸਾਨੂੰ ਦੱਸਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ। ਅੱਜ ਅਸੀਂ ਆਏ ਹਾਂ ਜੀ ਮਾਝਾ ਮਾਲਵਾ ਦੁਆਬਾ ਦੇ ਅਤੇ ਐਂਡ ਪੂਜਾ ਹੱਟ ਦੇ ਉੱਤੇ, ਜਿੱਥੇ ਤੁਸੀਂ ਬੜਾ ਹੀ ਸੋਹਣਾ ਸਮਾਨ ਦੇਖਿਆ ਸੀ। ਕੋਸ਼ਿਸ਼ ਕੀਤੀ ਹੈ ਕਿ ਹਰ ਕੋਨਾ ਤੁਹਾਨੂੰ ਦਿਖਾਇਆ ਜਾਏ, ਉੱਥੇ ਹੀ ਅਸੀਂ ਇਹ ਵੀ ਉਮੀਦ ਕਰਦੇ ਹਾਂ ਵੀ ਤੁਸੀਂ ਹਰ ਚੀਜ਼ ਬੜੇ ਪਿਆਰ ਨਾਲ ਅਤੇ ਸਤਿਕਾਰ ਨਾਲ ਦੇਖੀ ਹੋਵੇਗੀ। ਅਤੇ ਜੇ ਤੁਹਾਨੂੰ ਦੀਵਾਲੀ ਦੀ ਸ਼ੋਪਿੰਗ ਕਰਨੀ ਹੈ, ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਤੱਕ ਲੈਣੀ ਹੈ, ਤੁਸੀਂ ਇੱਕੋ ਹੀ ਸਟੋਰ ਯਾਦ ਰੱਖਣਾ ਹੈ ਜੀ, ਇੰਡੀਅਨ ਸਜਾਵਟ ਪੂਜਾ ਹੱਟ ਐਂਡ ਮਾਝਾ ਮਾਲਵਾ ਦੁਆਬਾ। ਇਹ ਜਿਹੜੇ 30 ਮਾਲਣੀ ਡਰਾਈਵ ਯੂਨਿਟ ਨੰਬਰ 10, 11, 12 ਦੇ ਵਿੱਚ ਨੇ, ਅਤੇ ਇੰਡੀਅਨ ਸਜਾਵਟ ਪੂਜਾ ਹੱਟ ਹੈ ਜੀ ਜਿਹੜਾ 31 ਮੈਲਨੀ ਡਰਾਈਵ ਯੂਨਿਟ ਨੰਬਰ 5-6 ਦੇ ਵਿੱਚ ਹੈ। ਤੁਸੀਂ ਇੱਕ ਵਾਰ ਜ਼ਰੂਰ ਆਓ ਅਤੇ ਆ ਕੇ ਇੱਥੋਂ ਕੁਛ ਨਾ ਕੁਛ ਖਰੀਦ ਕੇ ਜ਼ਰੂਰ ਜਾਓਗੇ।